सबको जय मसीह की। मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। सबको हमारे परमेश्वर असीं एक बार फिर तेरा धन्यवाद करते हाँ प्रभु यीशु। असीं तेरे पवित्र कदमां दे विच झुकदे हाँ खुदावंदा। तू सचमुच जूदा परमेश्वर है खुदावंदा, तू सचमुच इस जगह ते है खुदावंद। तेरा धन्यवाद करते प्रभु यीशु, सचमुच तू चकड़िया नूं शैतान दिया नूं आजाद करन वाला खुदावंद। चकड़े लोकां नूं आजाद करन वाला परमेश्वर, हर परेशानी दे चकड़िया नूं आजाद करन वाला प्रभु यीशु स्वर्ग दे विच पसंद आ जाए। प्रभु यीशु मसीह तेरा धन्यवाद कर दी आ, जिन्ने बच्चे बच्चिया गीत गाते हैं प्रभु इन्हों जबाना और इन्होंने गलिया और भी बसा कर प्रभु यीशु। तेरी महिमा ली तेरे प्रभु यीशु का नाम जाके अपना मुंह खोले सचमुच इन्होंने गीतों के द्वारा एक तेरी आशीष दे दिया प्रभु यीशु। तेरा धन्यवाद कर दिया जो बच्चे तेरे खाता में साल बजाते हैं उन्होंने हाथों में बसा कर कभी बात चढ़ के कभी महिमा करते रहे खुदा बता। तू सत्य जूदा परमेश्वर है प्रभु यीशु, सचमुच तू हर तरह के बंधनों को आजाद करने वाला खुदा है प्रभु यीशु। और मैं तेरा धन्यवाद करती हूं जब तेरा दास तेरा बच्चा और पवित्र वचन लेके आ रहा अपने दास को सिर तो लेके पैर की तली तक मसा कर प्रभु। इसकी जबान से इसके दिल से इसके दिमाग से तेरा पवित्र आत्मा काम करे प्रभु। ਜੋੜੀਏ ਦੇ ਮੂੰਹ ਚੋਂ ਤੇਰੇ ਪਵਿੱਤਰ ਵਚਨ ਨਿਕਲ ਇੱਕ ਇੱਕ ਦੀ ਜ਼ਿੰਦਗੀ ਨੂੰ ਬਚਾਉਣ ਵਾਲੇ, ਇੱਕ ਇੱਕ ਦੀ ਜ਼ਿੰਦਗੀ ਦੇ ਆਸ਼ੀਸ਼ ਦਾ ਕਾਰਨ ਬਣ ਜਾਣ ਪ੍ਰਭੂ ਯੇਸ਼ੂ। ਤੇਰਾ ਧੰਨਵਾਦ ਕਰਦੇ ਆ, ਸੱਚਮੁੱਚ ਸੱਚਾ ਤੇ ਸੁੱਚਾ ਗਵਾਹ ਬਣ ਕੇ ਤੇਰੀ ਮਹਿਮਾ ਕਰਦਾ ਰਹੇ ਪ੍ਰਭੂ ਯੇਸ਼ੂ। ਪਿੰਡਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ ਨੂੰ ਇਹ ਪ੍ਰਭੂ ਯੇਸ਼ੂ ਤੇਰੇ ਨਾਮ 'ਚ ਬਚਾ ਸਕੇ ਪ੍ਰਭੂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦਾ। ਹੁਣ ਮੈਂ ਆਪਣੇ ਆਪ ਨੂੰ ਤਾਰੇ ਦਾਸ ਨੂੰ ਇਸ ਕਲੀਸੀਆ ਨੂੰ ਤਾਰੇ ਲਹੂ ਵਿੱਚ ਢੱਕ ਦਿੰਦੇ ਪ੍ਰਭੂ। ਕੋਈ ਸ਼ੈਤਾਨ ਦੀ ਤਾਕਤ ਇਸ ਕਲੀਸੀਆ ਦੇ ਖਿਲਾਫ ਇਸ ਸੱਚ ਦੇ ਖਿਲਾਫ ਕੰਮ ਨਾ ਕਰੇ ਪ੍ਰਭੂ। ਤੇਰਾ ਪਵਿੱਤਰ ਆਤਮਾ ਹਮੇਸ਼ਾ ਇਸ ਸੱਚ ਨੂੰ ਔਰ ਇਸ ਕਲੀਸੀਆ ਨੂੰ ਸਵਾਲ ਕੇ ਰੱਖੇ ਪ੍ਰਭੂ। ਤੇਰੀ ਬੇਨਤੀ ਨੂੰ ਸੁਣੋ, ਕਬੂਲ ਕਰੋ। ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ, ਹਾਲੇਲੂਯਾ। ਪਹਿਲਾ ਸਾਮੂਅਲ 16 ਅਧਿਆਏ ਉਹਦੀ 18 ਐਤ ਦੇ ਵਿੱਚ ਅਸੀਂ ਦੇਖਣਾ
ਅੱਜ ਦੇ ਬੱਚਨ ਦਾ ਟੌਪਿਕ ਹੈ ਸੈਵਨ ਕੁਆਲਿਟੀਜ਼। ਸੱਤ ਚੀਜ਼ਾਂ ਜੋ ਸਾਡੇ ਅੰਦਰ ਨੇ, ਜੋ ਪਰਮੇਸ਼ਵਰ ਸਾਨੂੰ ਦਿੰਦਾ ਹੈ, ਜਿਹੜੇ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ। ਹਾਲੇਲੂਇਆ, ਹਾਲੇਲੂਇਆ। ਸੱਤ ਗੁਣ ਕੀ ਕਿਹੜੀ ਚੀਜ਼ ਤੇ ਸਿੱਖਣ ਜਾ ਰਹੇ ਹਾਂ? ਸੱਤ ਗੁਣਾਂ ਦੇ ਉੱਤੇ। ਹਾਲੇਲੂਇਆ। ਪਹਿਲਾ ਸੈਮੂਅਲ 16 ਅਧਿਆਇ ਉਹਦੀ 18 ਐਤ ਵਿੱਚ, ਇਸ ਜਗ੍ਹਾ ਦੇ ਉੱਤੇ ਇਜ਼ਰਾਇਲ ਦਾ ਇੱਕ ਪਾਤਸ਼ਾਹ ਹੋਇਆ, ਪਹਿਲਾ ਰਾਜਾ ਸ਼ਾਉਲ ਰਾਜਾ। ਜਦ ਪਰਮੇਸ਼ਵਰ ਦਾ ਆਤਮਾ ਇਹਦੇ ਤੋਂ ਅੱਟ ਹੋ ਗਿਆ ਤਾਂ ਇੱਕ ਦੁਸ਼ਟ ਆਤਮਾ ਇਹਨੂੰ ਤੰਗ ਕਰਨ ਲੱਗਾ ਤੇ ਇਹਦੇ ਟਹਿਲੂਆਂ ਨੇ ਇਹਨੂੰ ਆਖਿਆ ਰਾਜੇ ਨੂੰ ਕਿ ਜੇਕਰ ਚੰਗਾ ਬਰਕਤ ਵਜਾਉਣ ਵਾਲਾ ਕੋਈ ਸਾਜ ਵਜਾਉਣ ਵਾਲਾ ਆਪਣੇ ਰਾਜ 'ਚ ਵਿਅਕਤੀ ਹੋਵੇ ਤੇ ਅਸੀਂ ਉਹਨੂੰ ਤੇਰੇ ਕੋਲ ਲੈ ਕੇ ਆਵਾਂਗੇ ਤਾਂ ਉਹ ਜਦ ਸਾਜ ਵਜਾਵੇਗਾ ਤੇ ਦੁਸ਼ਟ ਆਤਮਾ ਤੇਰੇ ਕੋਲੋਂ ਕੀ ਹੋ ਜਾਵੇਗਾ? ਦੂਰ ਹੋ ਜਾਵੇਗਾ। ਉਸ ਜਗ੍ਹਾ ਦੇ ਉੱਤੇ ਇੱਕ ਵਿਅਕਤੀ ਆ ਜਿਹਦਾ ਨਾਮ ਕੀ ਆ? ਦਾਊਦ। ਕੌਣ ਹੈ ਜੀ? ਦਾਊਦ ਬਾਰੇ ਸਾਰੇ ਮਸੀਹ ਲੋਕ ਜਾਣਦੇ ਨੇ, ਪਰ ਉਸ ਦਾਊਦ ਜੋ ਬੱਚਾ ਸੀ, ਜਦ ਹਲੇ ਉਹ ਮਸਾ ਵੀ ਨਹੀਂ ਹੋਇਆ ਸੀ, ਉਹਦੇ ਅੰਦਰ ਕੁਝ ਗੁਣ ਨੇ ਜਿਹੜੇ ਉਹਦੇ ਗੁਣਾਂ ਨੇ ਉਹਨੂੰ ਇੱਕ ਭੇਡਾਂ ਚਾਰਨ ਵਾਲੇ ਦੇ ਹੁੰਦਿਆਂ ਹੋਇਆ ਉਹਨੂੰ ਪਰਮੇਸ਼ਰ ਨੇ ਰਾਜੇ ਦੇ ਰੂਪ ਵਿੱਚ ਬਦਲ ਕੇ ਰੱਖ ਦਿੱਤਾ। ਹਾਲੇਲੂਇਆ, ਬੁਲੰਦ ਆਵਾਜ਼ ਨਾਲ ਹਾਲੇਲੂਇਆ। ਆਈਏ ਪੜਾਂਗੇ ਪਹਿਲਾ ਸੈਮੂਅਲ 16 ਅਧਿਆਇ ਉਹਦੀ 18 ਐਤ ਦੇ ਵਿੱਚੋਂ ਪੜ੍ਹੀਏਗਾ ਜੀ। ਸੋ ਉਸ ਵੇਲੇ ਉਹਦੇ ਚਾਤਰਾਂ ਦੇ ਵਿੱਚੋਂ ਇੱਕ ਨੇ ਇਹੋ ਆਖਿਆ, ਵੇਖ ਮੈਂ ਬੈਤਲਹਮ ਯੱਸੀ ਦਾ ਇੱਕ ਪੁੱਤਰ ਡਿੱਠਾ ਹੈ। ਪੁੱਤਰ ਡਿੱਠਾ ਹੈ ਜੋ ਵਜਾਉਣ ਵਿੱਚ ਚਤਰ ਹੈ। ਜੋ ਵਜਾਉਣ ਵਿੱਚ ਕੀ ਹੈ? ਸਭ ਬੜੇ ਧਿਆਨ ਨਾਲ ਸੁਣਦੇ ਜਾਣਾ ਹੈ। ਜਿਹਦੇ ਕੰਨ ਹਨ ਸੋ ਕੀ ਕਰੇ? ਆਤਮਾ ਕਲੀਸੀਆ ਨੂੰ ਕਹਿੰਦਾ ਬੈਤਲਹਮ ਯੱਸੀ ਦਾ ਕੀ ਹੈ? ਪੁੱਤਰ ਹੈ ਤੇ ਉਹ ਵਜਾਉਣ ਵਿੱਚ ਕੀ ਹੈ? ਚਤਰ ਹੈ। ਹਾਂਜੀ, ਨਾਲੇ ਡਾਢਾ ਸੂਰਬੀਰ ਹੈ। ਤੇ ਡਾਢਾ ਕੀ ਹੈ? ਇੱਥੇ ਗੱਲ ਕੀ ਦੀ ਹੋ ਰਹੀ ਆ? ਦਾਊਦ ਦੀ। ਉਹ ਕਿਹਦਾ ਪੁੱਤਰ ਆ? ਬੈਤਲਹਮ ਯੱਸੀ ਦਾ। ਤੇ ਉਹ ਵਜਾਉਣ ਵਿੱਚ ਕੀ ਆ? ਉਹ ਜਿਹੜੇ ਬਰਬਤ ਬੀਨ ਵਜਾਉਣ ਦੇ ਵਿੱਚ, ਸਾਜ ਵਜਾਉਣ ਦੇ ਵਿੱਚ ਬੜਾ ਹੀ ਨਿਪੁੰਨ, ਬੜਾ ਹੀ ਚਤਰ ਸੀਗਾ। ਪੜ੍ਹੀਏਗਾ ਜੀ ਅੱਗੇ। ਜੋਧਾ ਵੀ ਹੈ। ਉਹ ਕਹਿੰਦਾ ਸੂਰਬੀਰ ਦੇ ਨਾਲੇ ਕੀ ਹੈ? ਜੋਧਾ ਵੀ ਹੈ। ਗੱਲਾਂ ਵਿੱਚ ਵੱਡਾ ਸਿਆਣਾ ਹੈ। ਗੱਲਾਂ ਵਿੱਚ ਵੱਡਾ ਕੀ ਹੈ? ਸਿਆਣਾ ਹੈ। ਅੱਗੇ ਜੀ। ਸੋਹਣਾ ਹੈ। ਸੋਹਣਾ ਹੈ। ਹਾਲੇਲੂਇਆ। ਹਾਲੇਲੂਇਆ। ਕੀ ਹੈ? ਸੋਹਣਾ ਵੀ ਹੈ ਅਤੇ ਯਹੋਵਾ ਦੇ ਨਾਲ ਹੈ। ਅਤੇ ਯਹੋਵਾ ਪਰਮੇਸ਼ਵਰ ਉਹਦੇ ਕੀ ਹੈ? ਨਾਲ ਹੈ। ਬੋਲਾ ਹਾਲੇਲੂਇਆ। ਇਹ ਦਾਊਦ ਦੇ ਸੱਤ ਗੁਣ। ਦਾਊਦ ਨੂੰ ਕੁਝ ਪਤਾ ਨਹੀਂ ਕਿ ਕੋਈ ਮੇਰਾ ਜ਼ਿਕਰ ਰਾਜ ਦੇ ਵਿੱਚ ਕਰ ਰਿਹਾ ਹੈ, ਰਾਜੇ ਦੇ ਅੱਗੇ ਉਹਦਾ ਜ਼ਿਕਰ, ਇੱਕ ਰਾਜੇ ਦਾ ਨੌਕਰ ਉਹਦਾ ਜ਼ਿਕਰ ਕਰ ਰਿਹਾ ਕਿ ਇੱਕ ਬੰਦਾ ਹੈ ਜਿਹਦੀ ਤੈਨੂੰ ਜ਼ਰੂਰਤ ਆ। ਉਹ ਕੌਣ ਹੈ? ਬੈਤਲਹਮ ਯੱਸੀ ਦਾ ਪੁੱਤਰ। ਪਹਿਲੀ ਗੁਣ। ਦੂਸਰਾ, ਵਜਾਉਣ ਵਿੱਚ ਚਤਰ। ਤੀਸਰਾ, ਡਾਢਾ ਸੂਰਬੀਰ। ਚੌਥਾ, ਜੋਧਾ। ਪੰਜਵਾਂ, ਗੱਲਾਂ ਕਰਨ ਵਿੱਚ ਵੱਡਾ ਸਿਆਣਾ। ਛੇਵਾਂ, ਸੋਹਣਾ। ਤੇ ਸੱਤਵਾਂ, ਯਹੋਵਾ ਉਹਦੇ ਕੀ ਹੈ? ਨਾਲ ਹੈ। ਬੋਲੋ ਹਾਲੇਲੂਇਆ। ਹਲੇ ਦਾਊਦ ਨੂੰ ਕੁਝ ਪਤਾ ਨਹੀਂ, ਬੱਚਾ ਹੈ, ਆਪਣੇ ਬਾਪ ਦੀਆਂ ਭੇਡਾਂ ਨੂੰ ਚਲਾਉਣ ਵਾਲਾ, ਜੋ ਉਹਦੇ ਬਾਪ ਦੇ ਕੋਲ ਭੇਡਾਂ ਬੱਕਰੀਆਂ ਸਨ, ਇੱਜੜ ਨੂੰ ਚਾਰਦਾ ਤੇ ਇੱਜੜ ਨੂੰ ਚਾਰਦਾ ਹੋਇਆ ਯਹੋਵਾ ਪਰਮੇਸ਼ਵਰ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਹੈ। ਇਹਦੇ ਅੰਦਰ ਇਹ ਗੁਣ ਨੇ ਤੇ ਇਹਨਾਂ ਗੁਣਾਂ ਦਾ ਕਰਕੇ ਅੱਜ ਇਸ ਬੱਚੇ ਦਾਊਦ ਦਾ ਜ਼ਿਕਰ ਕਿੱਥੇ ਹੋ ਰਿਹਾ ਵਾ? ਰਾਜੇ ਦੇ ਮਹਿਲ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਇਸ ਬੱਚੇ ਨੂੰ, ਇਸ ਦਾਊਦ ਨੂੰ ਕੋਈ ਨਹੀਂ ਜਾਣਦਾ, ਪਰ ਪਰਮੇਸ਼ਵਰ ਜਾਣਦਾ ਹੈ। ਅੱਜ ਇਹਦੀ
ਜਿਹਨੂੰ ਕੋਈ ਨਹੀਂ ਪਹਿਚਾਣਦਾ, ਅੱਜ ਇਹਦੀ ਪਹਿਚਾਣ ਰਾਜੇ ਨੂੰ ਕਰਵਾਈ ਜਾ ਰਹੀ ਹੈ। ਉਹ ਪਰਮੇਸ਼ਰ ਦੇ ਲੋਕ ਜਿਹੜੇ ਪਰਮੇਸ਼ਰ ਉੱਤੇ ਭਰੋਸਾ ਰੱਖਦੇ ਨੇ, ਜਿਹੜਾ ਤੁਹਾਨੂੰ ਕੋਈ ਵੀ ਨਾ ਚਾਹੇ ਜਾਣਦਾ ਹੋਵੇ ਪਰ ਪਰਮੇਸ਼ਰ ਹੈ, ਤੁਹਾਡੀ ਆਵਾਜ਼ ਸਵਰਗ ਤੱਕ ਸੁਣਨ ਵਾਲਾ ਤੇ ਤੁਹਾਡੀ ਆਵਾਜ਼ ਨੂੰ ਹਰ ਚੀਜ਼ ਦੇ ਉੱਪਰ ਲੈ ਕੇ ਆਉਣ ਵਾਲਾ ਸਹਾਵਾ ਪਰਮੇਸ਼ਰ ਦਾ ਨਾਮ ਹੈ। ਹਾਲੇਲੂਯਾ। ਕਹਿੰਦਾ ਉਹ ਕਹੀ ਹੈ ਬਿਹਤਰ ਹਮੀ ਯੱਸੀ ਦਾ ਕੀ ਹੈ, ਜੇ ਪਰਮੇਸ਼ਰ ਦਾਊਦ ਦੇ ਲਈ ਕਰ ਸਕਦਾ ਤਾਂ ਉਹ ਪਰਮੇਸ਼ਰ ਤੁਹਾਡੇ ਲਈ ਵੀ ਸਭ ਕੁਝ ਕਰ ਸਕਦਾ। ਹਾਲੇਲੂਯਾ। ਕਿਉਂਕਿ ਜਦੋਂ ਅਸੀਂ ਰਸੂਲਾਂ ਦੇ ਕਰਤੱਵ 10 ਅਧਿਆਇ ਦੀ 34 ਅਧ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਪਤਰਸ ਨੇ ਆਪਣਾ ਮੂੰਹ ਖੋਲ ਕੇ ਆਖਿਆ ਕਿ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਪਰਮੇਸ਼ਰ ਕਿਸੇ ਇਨਸਾਨ ਦਾ ਪੱਖਪਾਤ ਨਹੀਂ ਕਰਦਾ। ਜੇ ਉਹਨੇ ਦਾਊਦ ਦੇ ਲਈ ਕੀਤਾ ਤੇ ਉਹ ਤੁਹਾਡੇ ਲਈ ਵੀ ਕਰਨਾ ਜਾਣਦਾ ਹੈ। ਇਹ ਨਾ ਸੋਚੋ ਮੈਨੂੰ ਕੋਈ ਜਾਣਦਾ ਨਹੀਂ, ਮੈਨੂੰ ਕੋਈ ਪਛਾਣਦਾ ਨਹੀਂ। ਤੁਹਾਡਾ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਜੋ ਤੁਹਾਨੂੰ ਜਾਣਦਾ ਤੇ ਤੁਹਾਨੂੰ ਪਛਾਣਦਾ। ਕਹਿੰਦਾ ਮੈਂ ਦਿਲ ਤੇ ਗੁਰਦੇ ਪਰਖਣ ਵਾਲਾ ਕੀ ਹਾਂ, ਪਰਮੇਸ਼ਰ। ਪਰ ਅੱਜ ਅਸੀਂ ਸਿੱਖਣਾ ਹੈ ਕਿ ਜੋ ਸਾਡੇ ਅੰਦਰ ਗੁਣ ਨੇ ਅਸੀਂ ਉਹਨਾਂ ਗੁਣਾਂ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਕਿੱਦਾਂ ਉੱਚਾ ਉਠਾਉਣਾ ਹੈ ਤੇ ਪਰਮੇਸ਼ਰ ਦੇਖਿਓ ਦਿਨੋਂ ਦਿਨ ਤੁਹਾਨੂੰ ਕਿੱਦਾਂ ਰਾਜਿਆਂ ਤੀਕਰ ਪਹੁੰਚਾ ਕੇ ਰੱਖ ਦੇਵੇਗਾ। ਹਾਲੇਲੂਯਾ। ਬੁਲੰਦ ਆਵਾਜ਼ ਨਾਲ ਹਾਲੇਲੂਯਾ। ਯਾਦ ਰੱਖੋ ਜੇਕਰ ਅੱਜ ਕੋਈ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਪਰਮੇਸ਼ਰ ਦੇ ਵਿੱਚ, ਸਮਸੂਨ ਜਿਹਦੇ ਉੱਤੇ ਪਰਮੇਸ਼ਰ ਦਾ ਆਤਮਾ ਜ਼ੋਰਾਂ ਦੇ ਨਾਲ ਉਤਰਦਾ ਪਰ ਜਦੋਂ ਉਹ ਡਿੱਗ ਗਿਆ ਦੁਆ ਤੋਂ ਪਰਮੇਸ਼ਰ ਤੋਂ ਦੂਰ ਹੋ ਗਿਆ, ਜਦੋਂ ਉਹਨੂੰ ਫੜ ਲਿਆ ਫਲਿਸਤੀਆਂ ਨੇ, ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਉਹਦੀਆਂ 7 ਲੱਟਾਂ ਵੀ ਲਾ ਦਿੱਤੀਆਂ ਗਈਆਂ, ਫਿਰ ਬਸ ਪੁਕਾਰਨ ਦੀ ਹੀ ਲੋੜ ਪਈ ਸੀਗੀ। ਕਹਿੰਦਾ ਹੈ ਪਰਮੇਸ਼ਰ ਮੈਨੂੰ ਫਿਰ ਤੋਂ ਤਾਕਤ ਦੇ, ਫਿਰ ਤੋਂ ਸਮਰਥ ਦੇ, ਮੈਂ ਇੱਕ ਵਾਰ ਆਪਣਾ ਬਦਲਾ ਲੈਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੀਆਂ ਅੱਖਾਂ ਕੱਢ ਦਿੱਤੀਆਂ। ਤੇ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਆਤਮਾ ਜ਼ੋਰ ਦੇ ਨਾਲ ਸਮਸੂਨ ਦੇ ਉੱਤੇ ਉਤਰਿਆ। ਬੋਲਾ ਹਾਲੇਲੂਯਾ, ਹਾਲੇਲੂਯਾ। ਪੁਕਾਰੀਏ ਕਿ ਪਰਮੇਸ਼ਰ ਤੂੰ ਦਾਊਦ ਦੇ ਲਈ ਕੀਤਾ ਮੇਰੇ ਲਈ ਵੀ ਕਰ। ਹਾਲੇਲੂਯਾ। ਕਹੀਏ ਪਰਮੇਸ਼ਰ ਤੁਸੀਂ ਦਾਊਦ ਦੇ ਲਈ ਕੀਤਾ ਤੁਸੀਂ ਮੇਰੇ ਲਈ ਵੀ ਕਰਦੇ ਹੋ, ਮੇਰੇ ਪਰਿਵਾਰ ਦੇ ਲਈ ਵੀ ਕਰਦੇ ਹੋ, ਕਿਉਂਕਿ ਤੁਸੀਂ ਕਿਸੇ ਦਾ ਪੱਖਪਾਤ ਨਹੀਂ ਕਰਦੇ। ਬੋਲਾ ਹਾਲੇਲੂਯਾ। ਕਿਉਂਕਿ ਬਾਈਬਲ ਕਹਿੰਦੀ ਹੈ ਜਿਹੜਾ ਹਿਰਦੇ ਨਾਲ ਮੰਨ ਲਵੇਗਾ ਤੇ ਮੂੰਹ ਤੋਂ ਕਰਾਰ ਕਰੇਗਾ ਸੋ ਬਚਾਇਆ ਜਾਵੇਗਾ। ਹਾਲੇਲੂਯਾ। ਪਹਿਲਾ ਗੁਣ ਦਾਊਦ ਦੇ ਵਿੱਚ ਕੀ ਸੀਗਾ ਰਾਜੇ ਦੇ ਅੱਗੇ ਪਹੁੰਚਣ ਦਾ? ਬੈਤਲ ਹਮੀ ਯੱਸੀ ਦਾ ਕੀ ਸੀਗਾ? ਹਾਲੇਲੂਯਾ। ਉਹ ਇੱਕ ਦੁਨਿਆਵੀ ਰਾਜੇ ਦੇ ਅੱਗੇ, ਪਰ ਸਾਡੇ ਅੰਦਰ ਜਦੋਂ ਜੋ ਗੁਣ ਨੇ ਜਦੋਂ ਅਸੀਂ ਉਹਨਾਂ ਨੂੰ ਪਹਿਚਾਣਾਂਗੇ ਅਸੀਂ ਦੁਨਿਆਵੀ ਰਾਜੇ ਕੀ ਅਸੀਂ ਰਾਜਿਆਂ ਦੇ ਰਾਜੇ ਦੇ ਪ੍ਰਭੂਆਂ ਦੇ ਪ੍ਰਭੂ ਅੱਗੇ ਖੜੇ ਹੋ ਜਾਵਾਂਗੇ। ਹਾਲੇਲੂਯਾ। ਉਹਦਾ ਨਾਮ ਕੀ ਹੈ? ਯਿਸੂ ਮਸੀਹ। ਪਹਿਲੀ ਗੱਲ ਕਿ ਦਾਊਦ ਇੱਕ ਬਾਪ ਦਾ ਕੀ ਹੈ? ਬੇਟਾ। ਪਹਿਲਾ ਗੁਣ ਦਾ ਪੁੱਤਰ ਹੋਣਾ ਬਹੁਤ ਵੱਡੀ ਗੱਲ ਆ, ਕਿਉਂਕਿ ਪੁੱਤਰ ਹੈ ਤੇ ਪੁੱਤਰ ਦੀ ਪਹਿਚਾਣ ਦਿੱਤੀ ਗਈ ਆ। ਜਦੋਂ ਸ਼ਾਊਲ ਭਵਿੱਖਬਾਣੀ ਕਰਨ ਲੱਗਾ, ਸ਼ਾਊਲ ਦੇ ਉੱਤੇ ਆਤਮਾ ਉਤਰਿਆ, ਜਦੋਂ ਸੈਮੂਅਲ ਨਬੀ ਨੇ ਉਹਨੂੰ ਮਸਾ ਕਰ ਦਿੱਤਾ ਤਾਂ ਲੋਕ ਕਹਿਣ ਲੱਗੇ ਇਹ ਕਿਹਦਾ ਪੁੱਤਰ ਹੈ ਜਿਹੜਾ ਨਬੂਤਾਂ ਕਰਦਾ ਹੈ। ਜਦ ਦਾਊਦ ਨੇ ਗੋਲੀਅਤ ਨੂੰ ਮਾਰ ਦਿੱਤਾ ਤਾਂ ਸ਼ਾਊਲ ਕਹਿਣ ਲੱਗਾ ਇਹ ਕਿਹਦਾ ਪੁੱਤਰ ਹੈ ਜਿਹਨੇ ਗੋਲੀਅਤ ਨੂੰ ਮਾਰ ਮੁਕਾਇਆ। ਤੁਹਾਡਾ ਇੱਕ ਬਾਪ ਹੋਣਾ ਬੜਾ ਜ਼ਰੂਰੀ ਹੈ। ਅੱਜ ਸਾਡੇ ਦੁਨਿਆਵੀ ਬਾਪ ਤਾਂ ਨਹੀਂ ਪਰ ਸਾਨੂੰ ਸਾਡੇ ਸਵਰਗੀ ਪਿਤਾ ਦੇ ਬਾਰੇ ਨਹੀਂ ਪਤਾ। ਬਾਈਬਲ ਦੇ ਵਿੱਚ ਲਿਖਿਆ ਜਿੰਨਿਆਂ ਨੇ ਯਿਸੂ ਨੂੰ ਕਬੂਲ ਕੀਤਾ ਪਰਮੇਸ਼ਰ ਦੇ ਪੁੱਤਰ ਦੀਆਂ ਹੋਣ ਦਾ ਕੀ ਪਾ ਲਿਆ? ਹੱਕ ਪਾ ਲਿਆ। ਹਾਲੇਲੂਯਾ। ਇਹ ਪਹਿਲਾ ਗੁਣ ਤੁਹਾਡੇ ਅੰਦਰ ਹੈ
ਕਿ ਤੁਸੀਂ ਪਰਮੇਸ਼ਵਰ ਦੇ ਕੀ ਹੋ, ਪੁੱਤਰ ਤੇ ਧੀਆਂ ਹੋ। ਜਦ ਤੁਸੀਂ ਇਸ ਗੁਣ ਨੂੰ ਪਹਿਚਾਣ ਜਾਓਗੇ ਤੇ ਤੁਸੀਂ ਰਾਜਿਆਂ ਦੇ ਮੋਹਰੇ ਖੜੇ ਹੋਣ ਦੇ ਕਾਬਲ ਹੋ ਜਾਵੋਗੇ। ਹਾਲੇਲੂਇਆ। ਹਰ ਘੁਟਣਾ ਝੁਕੇਗਾ, ਹਰ ਜ਼ੁਬਾਨ ਪੁਕਾਰੇਗੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ। ਪੁੱਤਰ ਦੀ ਦੇਖੀਏ, ਜਿਨ੍ਹਾਂ ਦੇ ਬਾਪ ਜਿਹਦਾ ਬਾਪ ਨਹੀਂ ਆ ਉਹਨੂੰ ਬੜੀ ਮਿਹਨਤ ਕਰਨੀ ਪੈਂਦੀ, ਬੜੀ ਮਿਹਨਤ ਮਕਸਦ ਕਰਨੀ ਪੈਂਦੀ, ਕੋਸ਼ਿਸ਼ ਕਰਨੀ ਪੈਂਦੀ ਉਹਨੂੰ ਕੁਝ ਹਾਸਲ ਕਰਨ ਦੇ ਲਈ। ਪਰ ਜਿਨ੍ਹਾਂ ਦੇ ਬਾਪ ਨੇ, ਬਾਈਬਲ 'ਚ ਲਿਖਿਆ ਜੇਕਰ ਕੋਈ ਧਨੀ ਹੁੰਦਾ ਤੇ ਬਾਪ ਦੀ ਮਰਾਸਤ ਹੁੰਦਾ। ਇਸ ਲਈ ਸਾਡੇ ਤੋਂ ਦੁਨਿਆਵੀ ਬਾਪ ਦੀ ਇੱਕ ਅਲੱਗ ਗੱਲ ਆ, ਅੱਜ ਅਸੀਂ ਆਤਮਾ ਦੀ ਗੱਲ ਕਰ ਰਹੇ ਹਾਂ। ਸਾਡਾ ਆਤਮਿਕ ਪਿਤਾ ਸਵਰਗੀ ਪਿਤਾ, ਉਹਦਾ ਨਾਮ ਯਹੋਵਾ ਪਰਮੇਸ਼ਰ। ਹਾਲੇਲੂਇਆ।